ਅੱਜ ਬਹੁਤ ਮੰਦਭਾਗੀ ਘਟਨਾ ਹੋਈ ਆ। ਦੋ ਪ੍ਰਵਾਸੀ ਮਜ਼ਦੂਰ, ਉਹਨਾਂ ਨੇ ਆ ਕੇ ਗੁਰੂ ਘਰ ਦੇ ਵਿੱਚ ਕਾਫੀ ਹੁੱਲੜਬਾਜ਼ੀ ਕੀਤੀ ਆ, ਜਿੰਦੇ ਤੋੜ ਕੇ ਅੰਦਰ ਵੜ ਕੇ ਉਹਨਾਂ ਨੇ ਅੰਦਰ ਗੁਟਕੇ ਖਾਧੇ ਆ, ਤੰਬਾਕੂ ਖਾਧਾ ਆ, ਸ਼ਰਾਬ ਪੀਤੀ ਆ, ਮਹਾਰਾਜ ਦੇ ਰੁਮਾਲੇ ਉਥਲ ਫੁਥਲ ਕੀਤੇ ਆ, ਮਹਾਰਾਜ ਦੀਆਂ ਪੋਥੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਉਹਨਾਂ ਨੇ ਗੁਟਕੇ ਵੀ ਇੱਧਰ ਉੱਧਰ ਚੱਕ ਕੇ ਮਾਰੇ ਆ। ਕਹਿਣ ਤੋਂ ਭਾਵ ਕਾਫੀ ਜਿੰਨਾ ਵੀ ਉਹਨਾਂ ਦਾ ਰਾਤ ਨੂੰ ਹੁੱਲੜਬਾਜ਼ੀ ਉਹ ਕਰ ਸਕੇ ਉਹਨਾਂ ਨੇ ਕੀਤੀ ਆ। ਇਹਨਾਂ ਦਾ ਮੈਨੂੰ ਪਤਾ ਲੱਗਾ ਜਦੋਂ ਮੈਂ 5:45 ਅੰਦਰ ਜਾਂਦਾ ਜੀ, ਜਦੋਂ ਮੈਂ ਦੇਖਦਾ ਵੀ ਕੋਈ ਪਰਾਇਆ ਬੰਦਾ ਸਾਡੇ ਪਿੰਡ ਦਾ ਹੈ ਨਹੀਂ, ਕੋਈ ਹੋਰ ਆਊ ਤਾਂ ਮੈਂ ਚਾਬੀ ਤਾਂ ਮੇਰੇ ਕੋਲ ਆ ਨਾ, ਜਿੰਦਾ ਤਾਂ ਮੈਂ ਹੀ ਖੋਲ੍ਹਣਾ ਹੁੰਦਾ ਰੋਜ਼ ਦੀ ਤਰ੍ਹਾਂ ਮੈਂ ਹੀ ਖੋਲ੍ਹਦਾ। ਜਦੋਂ ਜਿੰਦੇ ਖੁੱਲ੍ਹੇ ਸੀ ਮੈਨੂੰ ਡਾਊਟ ਹੋ ਗਿਆ ਵੀ ਜਿੰਦੇ ਖੁੱਲ੍ਹ ਨਹੀਂ ਸਕਦੇ ਹੈਗੇ, ਫਿਰ ਦਰਵਾਜ਼ੇ ਖੁੱਲ੍ਹੇ ਸੀਗੇ ਸਾਰੇ, ਉੱਥੋਂ ਮੈਨੂੰ ਡਾਊਟ ਹੋ ਗਿਆ। ਫਿਰ ਜਿੰਨਾ ਕੁ ਬਣ ਸਕਿਆ ਉਹਨਾਂ ਵਿੱਚੋਂ ਇੱਕ ਅਸੀਂ ਕਾਬੂ ਕਰ ਲਿਆ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ, ਇੱਕ ਫਰਾਰ ਸੀਗਾ ਉਹ ਦੂਜਾ ਪ੍ਰਸ਼ਾਸਨ ਨੇ ਕਾਬੂ ਕਰ ਲਿਆ, ਉਹਦੀਆਂ ਫੋਟੋਆਂ ਫੁਟੇਜ ਦੇ ਵਿੱਚੋਂ ਕੱਢ ਕੇ ਉਹਨੇ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਉਹਨੂੰ ਕਾਨੂੰਨ ਨੇ। ਸਵੇਰੇ ਸਾਨੂੰ ਮਿਲੀ ਇਨਫੋਰਮੇਸ਼ਨ ਕਿ ਜਿੱਥੇ ਆਪਾਂ ਖੜ੍ਹੇ ਹਾਂ ਇਸ ਪਿੰਡ ਮਨਸੂਰਪੁਰ ਜਿਹੜਾ ਗੁਰਾਇਆ ਥਾਣੇ 'ਚ ਪੈਂਦਾ ਹੈਗਾ, ਇੱਥੇ ਆਪਣੇ ਕੁਛ ਬੰਦੇ ਜਿਹੜੇ ਅੰਦਰ ਐਂਟਰ ਕੀਤੇ ਗੁਰਦੁਆਰਾ ਸਾਹਿਬ, ਅਤੇ ਜਿਹੜੇ ਸ਼ਰਾਬੀ ਹਾਲਤ ਸੀਗੇ ਔਰ ਇਹਨਾਂ ਨੇ ਅੰਦਰ ਆ ਕੇ ਕੋਸ਼ਿਸ਼ ਕੀਤੀ ਗੋਲਕ ਤੋੜਨ ਦੀ, ਜਿਸ ਕਾਮਯਾਬ ਨਹੀਂ ਹੋਏ ਉਹ ਆਪਣੇ, ਔਰ ਜਿੱਥੇ ਗ੍ਰੰਥ ਸਾਹਿਬ ਨੂੰ ਆਪਾਂ ਰੱਖਦੇ ਹਾਂ ਗੁਰੂ ਸਾਹਿਬ ਨੂੰ, ਉੱਥੇ ਬਹਿ ਕੇ ਇਹਨਾਂ ਨੇ ਜਿਹੜਾ ਹੈਗਾ ਬੇਦ ਵੀ ਕਰਨ ਦੀ ਕੋਸ਼ਿਸ਼ ਕੀਤੀ, ਸ਼ਰਾਬ ਸ਼ੁਰੂ ਪੀਤੀ ਇਹਨਾਂ ਨੇ। ਅਤੇ ਉਸੇ 'ਚ ਹੀ ਆਪਣੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ, ਇਹਨਾਂ ਨੇ ਦੱਸਿਆ ਥਾਣੇ, ਇਮੀਡੀਏਟਲੀ ਐਸ ਐਚ ਓ ਸਾਹਿਬ ਜਿਹੜੇ ਹੈਗੇ ਗੁਰਾਇਆ, ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਜਿਹੜਾ ਹੈਗਾ ਇਹਨਾਂ ਨੇ ਇੱਕ ਬੰਦਾ ਕਾਬੂ ਕਰ ਲਿਆ। ਇੱਕ ਬੰਦਾ ਜਿਹੜਾ ਹੈਗਾ ਉਹ ਫਰਾਰ ਹੋ ਗਿਆ ਸੀਗਾ, ਅਤੇ ਉਹ ਜਿਹੜਾ ਫਰਾਰ ਬੰਦਾ ਸੀ ਉਹ ਫਿਰ ਬਾਅਦ 'ਚ ਪਾਰਟੀਆਂ ਭੇਜ ਕੇ ਅਸੀਂ ਜਿਹੜਾ ਹੈਗਾ ਉਹਨੂੰ ਵੀ ਕਾਬੂ ਕਰ ਲਿਆ ਹੈਗਾ। ਦੋਨੋਂ ਬੰਦੇ ਮਤਲਬ ਹੁਣ ਸਾਡੇ ਕੋਲ ਨੇ ਜੀ, ਕੋਈ ਇਹੋ ਜਿਹੀ ਗੱਲ ਨਹੀਂ, ਇਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਰੋਸ ਲੋਕਾਂ 'ਚ ਹੈਗਾ ਜਿਹੜਾ ਕਿ ਜਾਇਜ਼ ਹੈਗਾ, ਔਰ ਜਿਹੜੀ ਹੋਰ ਜਿੱਥੇ ਬੰਦੇ ਵੀ ਆਏ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈਗੀ, ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈਗੀ ਹੈ, ਬੰਦੇ ਸਾਡੇ ਕੋਲ ਹੈਗੇ, ਜਿਹੜੀ ਬਣਦੀ ਕਾਰਵਾਈ, ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਅਸੀਂ ਅਮਲ ਵਿੱਚ ਲਿਆਵਾਂਗੇ। ਜਦੋਂ ਦੀ ਵੀ ਇਹ ਮੌਜੂਦਾ ਸਰਕਾਰ ਬਣੀ ਹੈ, ਇਹੋ ਜਿਹੀਆਂ ਘਟਨਾ ਬਹੁਤ ਵਾਪਰ ਰਹੀਆਂ ਨੇ। ਪਤਾ ਨਹੀਂ ਕੀ ਕਾਰਨ ਹੈ ਕਿ ਇਹ ਪ੍ਰਸ਼ਾਸਨ ਜਿਹੜਾ ਉਹ ਇਹਨਾਂ ਵੱਲ ਧਿਆਨ ਨਹੀਂ ਦੇ ਰਿਹਾ, ਜਦੋਂ ਕਿ ਇਹ ਗੱਲਾਂ ਤਕਰੀਬਨ ਗੁਰੂ ਘਰਾਂ 'ਚ ਵਾਪਰਦੀਆਂ ਨੇ। ਜਦੋਂ ਕੋਈ ਫੜਿਆ ਜਾਂਦਾ ਮੁੜ ਕੇ ਕਹਿੰਦੇ ਕਿ ਮੈਂਟਲੀ ਅਪਸੈਟ ਸੀਗਾ ਜੀ, ਇਹ ਮਾਨਸਿਕ ਬਿਮਾਰ ਆ ਜੀ, ਪਰ ਇਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਇਹ ਬੰਦੇ ਕਾਰਵਾਈ ਕਰਦੇ ਇਹੋ ਜੀ, ਉਹ ਗੁਰੂ ਘਰਾਂ 'ਚ ਕਿਉਂ ਕਰਦੇ ਨੇ? ਉਹਨਾਂ ਪ੍ਰਸ਼ਾਸਨ ਨੂੰ ਸਖ਼ਤ ਕਾਨੂੰਨ ਬਣਾ ਕੇ ਇਹਨਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਆ। ਮੈਂ ਤਾਂ ਸਰਕਾਰ ਨੂੰ ਅਪੀਲ ਕਰਾਂਗਾ ਕਿ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਜ਼ਰੂਰ ਰੱਖਣ, ਜੇ ਇਹੋ ਜਿਹੇ ਸਖ਼ਤ ਕਾਨੂੰਨ ਬਣਨਗੇ ਤਾਂ ਕੋਈ ਵੀ ਜਿਹੜਾ ਬੇਅਦਬੀ ਕਰਨ ਵਾਲਾ ਉਹ ਸੋਚੂਗਾ ਕਿ ਮੈਂ ਮੁੜ ਕੇ ਫਾਂਸੀ ਰਸਤੇ ਦੇ ਝੂਲਣਾ ਆ, ਇਸ ਕਰਕੇ ਉਹ ਇਹੋ ਜਿਹੀ ਹਰਕਤ ਕਰਨ ਤੋਂ ਪਰਹੇਜ਼ ਕਰਨਗੇ।